ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਅਮਿਤ ਡੱਬਵਾਲੀ। ਸੋ ਦੋਸਤੋ, ਪਿਛਲੇ ਦਿਨ ਇੱਕ ਮੈਂ ਗੀਤ ਸੁਣਿਆ ਸੀਗਾ ਗੁਰਨਾਮ ਭੁੱਲਰ ਦਾ, ਤੇਰੇ ਗੁੱਟ ਨੂੰ ਕੜਾ ਸਰਦਾਰ ਨੇ ਡਾਇਮੰਡ ਦੀ ਝਾਂਜਰ ਪਾ ਦਾਂਗੇ। ਸੋ ਦੋਸਤੋ, ਇੱਦਾਂ ਦਾ ਇੱਕ ਇਹ ਗੱਲ ਜਿਹੜੀ ਆ ਉੱਪਰ ਤੋਂ ਉੱਪਰ ਦੀ ਲੰਘਦੀ ਹੈ, ਦਿਮਾਗ ਦੇ ਵਿੱਚ ਨਹੀਂ ਪੈਂਦੀ, ਦਿਮਾਗ ਦੇ ਉੱਪਰ ਤੋਂ ਜਾਣ ਵਾਲੀ ਗੱਲ ਹੈ। ਸੋ ਦੋਸਤੋ, ਉਸ ਤੋਂ ਬਾਅਦ ਇੱਕ ਫਿਰ ਮੈਂ ਉਸ ਤੋਂ ਪਹਿਲਾਂ ਸ਼ਾਇਦ ਇਹ ਗੀਤ ਸੁਣਿਆ ਸੀ ਕੁਝ ਸਮਾਂ ਪਹਿਲਾਂ। ਕਹਿੰਦਾ ਏਅਰਪੋਰਟ ਵਾਧੂ ਨਹੀਂ ਮੈਂ ਤਵੀਆਂ ਦੇ ਨਾਲ, ਇਹ ਵੀ ਗੱਲ ਕੋਈ ਹਜ਼ਮ ਨਹੀਂ ਹੁੰਦੀ। ਤਵੀਆਂ ਦੇ ਨਾਲ ਏਅਰਪੋਰਟ ਵਾਹੁਣਾ ਵੈਸੇ ਬਹੁਤ ਔਖੀ ਗੱਲ ਹੈ, ਪਹਿਲੀ ਗੱਲ ਤਾਂ ਨਾਮੁਮਕਿਨ ਹੀ, ਬਟ ਫਿਰ ਵੀ ਬਹੁਤ ਔਖੀ ਗੱਲ ਹੈ। ਸੋ ਦੋਸਤੋ, ਇਹ ਵੀ ਇੰਟਰਟੇਨ ਵਾਸਤੇ ਮੰਨ ਲਓ ਵੀ ਸੌਂਗ ਆਇਆ ਸੀਗਾ, ਅਤੇ ਬਾਕੀ ਇਹ ਗੱਲਾਂ ਹਜ਼ਮ ਨਹੀਂ ਹੁੰਦੀਆਂ ਹੈਗੀਆਂ, ਇਹ ਦਿਮਾਗ ਦੇ ਉੱਪਰੋਂ ਜਾਣ ਵਾਲੀਆਂ ਗੱਲਾਂ ਨੇ। ਡਾਇਮੰਡ ਦੀ ਝਾਂਜਰ ਵੀ ਬਹੁਤ ਔਖੀ ਹੁੰਦੀ ਬਣਾਉਣੀ, ਔਖਾ ਕੰਮ। ਰਿੰਗ ਬਣਾਉਣੀ ਹੋਵੇ ਘੱਟੋ ਘੱਟ 4-5 ਲੱਖ ਦੀ ਬਣਦੀ, ਜੇ ਵਧੀਆ ਬਣਾਉਣੀ ਹੋਵੇ ਤਾਂ, ਉਸ ਤੋਂ ਬਾਅਦ ਉਹਦੀ ਰੀਸੇਲ ਲੈਣੀ। ਸੋ ਦੋਸਤੋ, ਇਸੇ ਤਰ੍ਹਾਂ ਦਾ ਇੱਕ ਮੈਂ ਗੀਤ ਮੈਂ ਲਿਖਿਆ, ਉਹ ਕਹਾਣੀ ਹੈ ਜੀ ਇੱਕ ਅਰਬ ਕੰਟਰੀ ਦੇ ਰਹਿੰਦੇ ਇੱਕ ਨੌਜਵਾਨ ਮੁੰਡੇ ਦੀ, ਜਿਹਦੀ ਕਮਾਈ ਥੋੜ੍ਹੀ ਹੈ, ਅਤੇ ਇੱਕ ਇੰਡੀਆ ਦੇ ਵਿੱਚ ਰਹਿੰਦੀ ਕੁੜੀ, ਜੋ ਆਪਣੇ ਮਤਲਬ ਕਿ ਵੇਖਦੀ ਹੈ ਵੀ ਹਿਸਾਬ ਕਿਤਾਬ ਘੱਟ ਹੈ, ਪਹਿਲਾਂ ਤਾਂ ਚਲੋ ਵਧੀਆ ਚੱਲਦਾ ਸਿਸਟਮ, ਅਤੇ ਮੁੜ ਕੇ ਥੋੜ੍ਹਾ ਔਖਾ ਹੋ ਜਾਂਦਾ ਕਿਸੇ ਕੈਨੇਡਾ ਦੇ ਮੁੰਡੇ ਦੇ ਨਾਲ ਉਹਦੀ ਇੰਗੇਜਮੈਂਟ ਹੋ ਜਾਂਦੀ ਉਹਦੇ ਰਿਸ਼ਤੇਦਾਰਾਂ ਦੁਆਰਾ। ਸੋ ਦੋਸਤੋ, ਅਤੇ ਉਹ ਮੁੰਡਾ ਫੋਨ ਕਰਦਾ ਉਸਦੀ ਸਹੇਲੀ ਤੋਂ, ਕਿਤੋਂ ਪਤਾ ਲੱਗਦਾ ਵੀ ਠੀਕ ਆ ਜੀ ਉਹਦੀ ਇੰਗੇਜਮੈਂਟ ਹੋ ਗਈ ਆ, ਅਤੇ ਉਹ ਮੁੰਡਾ ਫੋਨ 'ਤੇ ਉਸ ਨਾਲ ਗੱਲਬਾਤ ਕਰਦਾ। ਉਹ ਕੀ ਗੱਲਬਾਤ ਕਰਦਾ ਤੁਹਾਨੂੰ ਗੀਤ ਰਾਹੀਂ ਸੁਣਾਵਾਂਗਾ। ਜਿਉਂਦਾ ਫਰੇਮ 'ਚ ਹੋ ਤੈਨੂੰ ਸੋਹਣੀਏ ਕਨੇਡਾ ਵਾਲੇ ਮੁੰਡੇ ਦੀ ਵਧਾਈ, ਉਹ ਕੱਲ ਸੁਣਿਆ ਤੇਰੇ ਨਾਲ ਉਹਦੀ ਹੋ ਗਈ ਕੁੜਮਾਈ, ਉਹ ਤੈਨੂੰ ਸੋਹਣੀਏ ਕਨੇਡਾ ਵਾਲੇ ਮੁੰਡੇ ਦੀ ਵਧਾਈ, ਕੱਲ ਸੁਣਿਆ ਉਹਦੇ ਨਾਲ ਤੇਰੀ ਹੋ ਗਈ ਕੁੜਮਾਈ, ਸਾਨੂੰ ਛੱਡ ਦਿੱਤਾ ਬੱਲੀਏ ਤੂੰ ਆਖ ਕੇ ਸ਼ੁਦਾਈ, ਉਹ ਸਾਨੂੰ ਛੱਡ ਦਿੱਤਾ ਬੱਲੀਏ ਤੂੰ ਆਖ ਕੇ ਸ਼ੁਦਾਈ, ਉਹ ਮੇਰੇ ਉੱਚੇ ਬੜੇ ਨਖਰੇ ਤੇ ਤੇਰੀ ਥੋੜੀ ਏ ਕਮਾਈ, ਉਹ ਜੋ ਸੀ ਤੇਰੇ ਦਿਲ ਆਇਆ ਨੀ ਤੂੰ ਕਰਕੇ ਵਿਖਾਇਆ, ਉਹ ਜੋ ਸੀ ਤੇਰੇ ਮਨ ਆਇਆ ਨੀ ਤੂੰ ਕਰਕੇ ਵਿਖਾਇਆ, ਤੇ ਤੂੰ ਸੋਚਿਆ ਨੀ ਹੋਣਾ ਜੋ ਮੈਂ ਕਰਕੇ ਵਿਖਾਉਣਾ, ਉਹ ਮੈਂ ਵੀ ਸ਼ੇਖ ਦੀ ਕੁੜੀ ਦੇ ਨਾਲ ਵਿਆਹ ਕਰਵਾਉਣਾ, ਨਾਲੇ ਸੋਹਣੀਏ ਨੀ ਦਾਜ 'ਚ ਜਹਾਜ਼ ਲੈ ਕੇ ਆਉਣਾ, ਉਹ ਮੈਂ ਵੀ ਸ਼ੇਖ ਦੀ ਕੁੜੀ ਦੇ ਨਾਲ ਵਿਆਹ ਕਰਵਾਉਣਾ, ਨਾਲੇ ਸੋਹਣੀਏ ਨੀ ਦਾਜ 'ਚ ਜਹਾਜ਼ ਲੈ ਕੇ ਆਉਣਾ, ਉਹ ਵੇਖੀ ਲੈ ਕੇ ਆਉਣੀ ਤੇਰੇ ਨਾਲ ਟੋਪ ਦੀ ਹਸੀਨਾ, ਉਹ ਜਿਹੜੀ ਏਰੀਏ 'ਚ ਹਿੱਟ ਹੋਣੀ ਵਾਂਗ ਕਟਰੀਨਾ, ਉਹ ਵੇਖੀ ਲੈ ਕੇ ਆਉਣੀ ਤੇਰੇ ਨਾਲ ਟੋਪ ਦੀ ਹਸੀਨਾ, ਉਹ ਜਿਹੜੀ ਵਰਲਡ 'ਚ ਫੇਮਸ ਹੋਣੀ ਵਾਂਗ ਕਟਰੀਨਾ, ਉਹ ਜਿਹਦਾ UAE ਟਾਵਰ ਤੋਂ ਉੱਚਾ ਨਖਰਾ, ਉਹ ਜਿਹਦਾ ਵਰਲਡ ਖਲੀਫਾ ਤੋਂ ਵੀ ਉੱਚਾ ਨਖਰਾ, ਉਸ ਨਖਰੋ ਨੂੰ ਮਿੱਤਰਾਂ ਨੇ ਆਪਣੀ ਬਣਾਉਣਾ, ਉਹ ਮੈਂ ਵੀ ਸ਼ੇਖ ਦੀ ਕੁੜੀ ਦੇ ਨਾਲ ਵਿਆਹ ਕਰਵਾਉਣਾ, ਨਾਲੇ ਸੋਹਣੀਏ ਨੀ ਦਾਜ 'ਚ ਜਹਾਜ਼ ਲੈ ਕੇ ਆਉਣਾ, ਉਹ ਮੈਂ ਵੀ ਸ਼ੇਖ ਦੀ ਕੁੜੀ ਦੇ ਨਾਲ ਵਿਆਹ ਕਰਵਾਉਣਾ, ਨਾਲੇ ਸੋਹਣੀਏ ਨੀ ਦਾਜ 'ਚ ਜਹਾਜ਼ ਲੈ ਕੇ ਆਉਣਾ, ਉਹ ਖੁੱਲਾ ਜੱਟ ਕੋਲੇ ਹੋਣਾ ਫਿਰ ਕੈਸ਼ ਗੋਰੀਏ, ਉੱਥੇ ਕਰਨੀਆਂ ਸ਼ੇਖਾਂ ਨਾਲੇ ਐਸ਼ ਗੋਰੀਏ, ਉਹ ਖੁੱਲਾ ਜੱਟ ਕੋਲ ਹੋਣਾ ਫਿਰ ਕੈਸ਼ ਗੋਰੀਏ, ਉੱਥੇ ਸ਼ੇਖਾਂ ਨਾਲ ਕਰਨੀ ਆ ਐਸ਼ ਗੋਰੀਏ, ਉਹ ਤੂੰ ਤਾਂ ਜਾ ਕੇ ਵੀ ਕਨੇਡਾ ਵਿੱਚ ਕਰਨੀ ਆ ਜੋਬ, ਤੂੰ ਤਾਂ ਜਾ ਕੇ ਵੀ ਕਨੇਡਾ ਵਿੱਚ ਕਰਨੀ ਆ ਜੋਬ, ਮੈਂ ਇੱਥੇ ਮੀਆਂ ਦਨਾਰਾਂ ਦਾ ਕਸੀਨੋ 'ਚ ਵਰਾਉਣਾ, ਉਹ ਕਿਸੇ ਸ਼ੇਖ ਦੀ ਕੁੜੀ ਦੇ ਨਾਲ ਵਿਆਹ ਕਰਵਾਉਣਾ, ਨਾਲੇ ਸੋਹਣੀਏ ਨੀ ਦਾਜ 'ਚ ਜਹਾਜ਼ ਲੈ ਕੇ ਆਉਣਾ, ਉਹ ਮੈਂ ਵੀ ਸ਼ੇਖ ਦੀ ਕੁੜੀ ਦੇ ਨਾਲ ਵਿਆਹ ਕਰਵਾਉਣਾ, ਨਾਲੇ ਸੋਹਣੀਏ ਨੀ ਦਾਜ 'ਚ ਜਹਾਜ਼ ਲੈ ਕੇ ਆਉਣਾ।